ਜਾਦੂ ਟੂਣੇ ਦੇ ਸ਼ੱਕ ਵਿੱਚ 9 ਜਣਿਆਂ ਨੂੰ ਕਥਿਤ ਤੌਰ 'ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੁਖਮਾ ਵਿੱਚ DRG ਜਵਾਨ ਸਮੇਤ 5 ਜਣਿਆਂ ਦਾ ਕਤਲ ਕਰ ਦਿੱਤਾ ਗਿਆ। ਬਲੌਦਾ ਬਾਜ਼ਾਰ ਵਿੱਚ 4 ਜਣਿਆਂ ਨੂੰ ਹਥੌੜੇ ਦੇ ਨਾਲ ਮਾਰ ਦਿੱਤਾ ਗਿਆ। ਕਥਿਤ ਤੌਰ 'ਤੇ ਛੱਤੀਸਗੜ੍ਹ ਦੇ ਸੁਖਮਾ ਜ਼ਿਲ੍ਹੇ ਵਿੱਚ ਜਾਦੂ ਟੂਣੇ ਦੇ ਸ਼ੱਕ ਵਿੱਚ ਹੈੱਡ ਕਾਂਸਟੇਬਲ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਮੁਤਾਬਿਕ ਬੱਚਿਆਂ ਨੇ ਦੱਸਿਆ ਹੈ ਕਿ ਅਸੀਂ ਡਰ ਕੇ ਲੁੱਕ ਗਏ ਸੀ। ਪਿੰਡ ਵਾਲਿਆਂ ਨੇ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਮਾਤਾ ਪਿਤਾ, ਦਾਦਾ ਦਾਦੀ ਅਤੇ ਭੂਆ ਨੂੰ ਕਤਲ ਕਰ ਦਿੱਤਾ। ਪਰਿਵਾਰ ਦੇ 5 ਜਣਿਆਂ ਨੂੰ ਡੰਡਿਆਂ ਦੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਮਾਮਲਾ ਕੋਟਾ ਦੇ ਮੁਰਲੀਗੁੜਾ ਕੈਂਪ ਦੇ ਨਾਲ ਇਟਕਲ ਪਿੰਡ ਦਾ ਦੱਸਿਆ ਜਾ ਰਿਹਾ ਹੈ। ਉੱਥੇ ਹੀ 5 ਦਿਨ ਪਹਿਲਾਂ ਬਲੌਦਾ ਬਾਜ਼ਾਰ ਵਿੱਚ ਵੀ ਜਾਦੂ ਟੂਣੇ ਦੇ ਸ਼ੱਕ ਵਿੱਚ 4 ਜਣਿਆਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਚਾਰਾਂ ਦੇ ਸਿਰ 'ਤੇ ਪੱਥਰ ਤੋੜਨ ਵਾਲੇ ਹਥੌੜੇ ਦੇ ਨਾਲ ਵਾਰ ਕੀਤੇ ਗਏ। ਮਰਨ ਵਾਲਿਆਂ ਵਿੱਚ 2 ਭੈਣਾਂ, ਭਾਈ ਅਤੇ 1 ਸਾਲ ਦਾ ਬੱਚਾ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। 5 ਦਿਨ ਵਿੱਚ ਇਹ 9 ਹੱਤਿਆਵਾਂ ਯਾਨੀ ਕਿ 9 ਕਤਲ ਹੋਏ ਦੱਸੇ ਜਾ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਿਕ ਪਿੰਡ ਵਾਲਿਆਂ ਨੂੰ ਮੌਤ ਨੂੰ ਲੈ ਕੇ ਜਾਦੂ ਟੋਣੇ ਦਾ ਸ਼ੱਕ ਸੀ। ਦਰਅਸਲ ਮੌਸਮ ਕੰਨਾ ਝਾੜ ਫੂਕ ਦਾ ਕੰਮ ਕਰਦਾ ਦੱਸਿਆ ਜਾਂਦਾ। ਲੋਕ ਉਸਦੇ ਕੋਲ ਝਾੜ ਫੂਕ ਕਰਾਉਣ ਆਉਂਦੇ ਸੀ। ਇਸੇ ਵਿਚਕਾਰ ਪਿਛਲੇ ਕੁਝ ਦਿਨ ਪਹਿਲਾਂ ਪਿੰਡ ਵਿੱਚ ਕੁਝ ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਨੂੰ ਲੈ ਕੇ ਪਿੰਡ ਵਾਲੇ ਲੋਕ ਮੌਸਮ ਕੰਨਾ ਅਤੇ ਉਸਦੇ ਪਰਿਵਾਰ 'ਤੇ ਜਾਦੂ ਟੋਣੇ ਦਾ ਸ਼ੱਕ ਕਰਦੇ ਸੀ। ਪਿੰਡ ਦੇ ਲੋਕ ਅਤੇ ਪਰਿਵਾਰਕ ਮੈਂਬਰ ਨਾਰਾਜ਼ ਸੀ। ਐਤਵਾਰ ਨੂੰ ਇਕਜੁੱਟ ਹੋ ਕੇ ਮੌਸਮ ਕੰਨਾ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਵੜ ਗਏ। ਉੱਧਰ ਪੁਲਿਸ ਨੇ DRG ਜਵਾਨ ਮੌਸਮ ਬੁੱਚਾ ਸਮੇਤ ਪਰਿਵਾਰ ਦੇ 5 ਲੋਕਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਵਾਰਦਾਤ ਤੋਂ ਬਾਅਦ ਮ੍ਰਿਤਕ ਪਰਿਵਾਰ ਦੇ ਘਰ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ। ਉੱਥੇ ਹੀ ਕਈ ਜਵਾਨਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਤਣਾਅ ਦਾ ਮਾਹੌਲ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਜਾਂਚ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਦੇ ਬਾਰੇ ਅਸਲ ਕਾਰਨ ਦੱਸ ਸਕੇਗੀ ਅਤੇ ਖੁਲਾਸਾ ਕਰ ਸਕੇਗੀ। ਖੈਰ, ਮੀਡੀਆ ਰਿਪੋਰਟਾਂ ਮੁਤਾਬਿਕ ਕਥਿਤ ਤੌਰ 'ਤੇ ਟੂਣੇ ਅਤੇ ਜਾਦੂ ਦੇ ਸ਼ੱਕ ਵਿੱਚ ਇਹ ਕਤਲ ਕੀਤੇ ਗਏ ਨੇ।